नमस्कार मैं माला रावत आप देख रहे हैं जनहित न्यूज शिरोमणि अकाली दल के राष्ट्रीय अध्यक्ष सुखबीर सिंह बादल द्वारा दिल्ली सिख गुरुद्वारा प्रबंधक कमेटी एवं शिरोमणि अकाली दल दिल्ली प्रदेश के प्रवक्ता परमिंदर पाल सिंह मोती नगर को पार्टी का राष्ट्रीय प्रवक्ता नियुक्त किया टैगोर गार्डन वार्ड की संगत में इस बात पर खुशी की लहर है और आज टैगोर गार्डन वार्ड की संगत ने दिल्ली प्रदेश अध्यक्ष मंजीत सिंह जी के का आभार प्रकट किया परमिंदर पाल सिंह जो कि पहले से पार्टी के लिए मीडिया और सोशल मीडिया का कार्य कर रहे हैं और विरोधियों की हर बात का जवाब पूरी जिम्मेवारी से देते हैं मंजीत सिंह के ने कहा कि परमिंदर पाल सिंह को उनकी काबुलियत के दम पर यह जिम्मेवारी सौंपी है परमिंदर पाल सिंह मास कम्युनिकेशन में पीएचडी कर रहे हैं और समय समय पर पार्टी की बेहतरी और मजबूती के लिए कार्य करते आ रहे हैं जिसे देखते हुए पार्टी के प्रधान सुखबीर सिंह बादल द्वारा उन्हें यह जिम्मेवारी दी है समझदा के साथ सुखबीर सिंह बादल ने कई इतिहास रचे ने एक इतिहास भी रचा सगा कि दिल्ली की कोऑप्शन जी पिछली बार दी सीगी और सार कुलमोहन सिंह और जथेदार सुरजीत सिंह देख के ਇਹ ਸਾਬਤ ਕੀਤਾ ਸੀਗਾ ਕਿ ਇਹ ਕਿਸੇ ਰੁਤਬੇ ਦੇ ਆ ਕਿਸੇ ਸਰਮਾਇਏ ਦੇ ਕਰਕੇ ਨਹੀਂ ਉਹਨਾਂ ਦੀ ਪਾਰਟੀ ਪ੍ਰਤੀ ਨਿਤਾ ਜਿਹੜੀ ਉਹਨਾਂ ਦੀ ਨਿਸ਼ਟਾ ਸੀਗੀ ਉਸ ਨੂੰ ਦੇਖਦੇ ਹੋਏ ਦੋਵਾਂ ਨੂੰ ਕਾਪਟ ਕੀਤਾ ਗਿਆ ਸੀਗਾ ਕਿਉਂਕਿ ਕਾਪਸ਼ਨ ਵਾਸਤੇ بڑے بڑے ਦਿਗਜ ਨੇਤਾ ਹੋਣ ਸਰਮਾਇਦਾਰ ਹੋਣ ਉਹ ਆਂਦੇ ਨੇ ਅੱਜ ਫੇਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਰ ਪਰਮਿੰਦਰਪਾਲ ਸਿੰਘ ਜੀ ਨੂੰ ਨੈਸ਼ਨਲ ਸਪੋਕਸਪਰਸਨ ਬਣਾ ਕੇ ਇਹ ਇੱਕ ਇਸ਼ਾਰਾ ਦਿੱਤਾ ਹੈ ਕਿ ਜਿਹੜਾ ਪਾਰਟੀ ਲਈ ਕੰਮ ਕਰਦਾ ਹੋਵੇ ਫਿਰ ਉਹਦੇ ਕੰਮ ਦਾ ਰਿਜ਼ਲਟ ਹੋਵੇ ਮੈਂ ਸਮਝਦਾ ਕਿ ਪਿਛਲੇ 55 ਸਾਲਾਂ 'ਚ ਸਾਡੇ ਵਿਰੋਧੀਆਂ ਕੋਲ ਕੋਈ ਐਸੀ ਚੀਜ਼ ਨਹੀਂ ਸੀਗੀ ਜਿਹੜੀ ਉਹ ਲੋਕਾਂ ਜਾ ਕੇ ਗੱਲ ਕਰ ਸਕਦੇ ਲੇਕਿਨ ਉਹਨਾਂ ਨੇ ਕੂੜ ਪ੍ਰਚਾਰ ਬੜਾ ਕੀਤਾ ਦੁਸ਼ ਪ੍ਰਚਾਰ ਬੜਾ ਕੀਤਾ ਮਨੂ ਸਰਪੰਚ ਪਰਮਿੰਦਰਪਾਲ ਸਿੰਘ ਜੀ ਨੇ ਜਿਹੜਾ ਦਿੱਲੀ ਦੇ ਵਿੱਚ ਸੇਵਾ ਕੀਤੀ ਦਿੱਲੀ ਇਕਾਈ ਦੀ ਔਰ মিডিਆ ਨੂੰ ਸੰਭਾਲਿਆ ਔਰ ਐਸੇ ਐਸੇ ਇਸ਼ੂਜ਼ ਜਿਹੜੇ ਇਸ਼ੂ ਰੈਲੇਵੈਂਟ ਸੀਗੇ ਜਿਹੜੇ ਲੋਕਾਂ ਦੇ ਦਿਲਾਂ ਨੂੰ ਲੱਗਦੇ ਸੀਗੇ ਉਹ ਇਸ਼ੂ ਵੀ ਕੱਢ ਕੇ ਦਿੱਤੇ ਉਹਨਾਂ ਦੀ ਪੱਕੜ ਸਬਜੈਕਟ ਤੇ ਜਿਹੜੀ ਸੀਗੀ ਮੈਂ ਸਮਝਦਾ ਕਿ ਉਹ ਬਾਕਮਾਲ ਹੈ ਔਰ ਇਸ ਨੂੰ ਦੇਖਦੇ ਹੋਏ ਸਾਹ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਨੂੰ ਇਹ ਸੇਵਾ ਬਖਸ਼ੀ ਹੈ ਮੈਂ ਸਮਝਦਾ ਪੋਲੀਟੀਕਲ ਹੋਵੇ ਧਾਰਮਿਕ ਹੋਵੇ ਸਮਾਜਿਕ ਹੋਵੇ 1984 ਨਾਲ ਜੁੜਿਆ ਹੋਵੇ ਸਕੂਲਾਂ ਕਾਲਜਾਂ ਦੀ এডੂਕੇਸ਼ਨ ਦੀ ਗੱਲ ਕਰ ਲਈਏ इन सारे इश्यूज के ऊपर जो मैं देखया है परमिंदर पाल सिंह जी वो बहुत पकड़ है और काफी उन को नॉलेज है स्टडी उन बहुत है 720 सिंह बादल नु बधाई दंगा कल कुलमोहन सिंह एवं जसविंदर सिंह जौली ने भी परमिंदर पाल सिंह के कार्यों की तारीफ की और कहा कि इस शख्स को पार्टी ने टैगोर गार्डन से चुनाव मैदान में उतारा पर इसने अपनी चुनाव की परवाह ना करते हुए उन दिनों भी पार्टी के प्रचार को संभाला और पूरी तंदई से मीडिया की कमान संभाल रखी तो पहला तेज सा प्रभिंदर पाल सिंह जी नु बधाई दे रहे हैं के साहब सुखबीर सिंह बादल साहब मंजीत सिंह जी के और ने जड़ी चॉइस कीती है वाकई मेरिट पे चॉइस कीती है और ओदा कारण है कि प्रभिंदर पाल सिंह ने मास्टर्स इन कम्युनिकेशन मास कम्युनिकेशन कीता हुआ से और उस तो बाद पीएचडी आरंभ की थी ਤਾਂ ਕਿ ਜਿਹਦੇ ਬੰਦੇ ਦੇ ਕੋਈ ਕਾਰਜ ਹੈ ਉਹ ਐਪਰੋਪ੍ਰੀਏਟ ਬੰਦੇ ਕੋਲ ਕਾਰਜ ਹੈ ਔਰ ਐਪਰੋਪ੍ਰੀਏਟ ਬੰਦੇ ਦੇ ਅੰਦਰ ਖਾਇਸ਼ ਹੈ ਹੋਰ ਉਸ ਦੇ ਅੱਗੇ ਵਧਨ ਦੀ ਤੇ ਮੈਂ ਸਮਝਦਾ ਕਿ ਪ੍ਰਮਿੰਦਰ ਪਾਲ ਸਿੰਘ ਇੱਕ achhi ਸ਼ੁਰੂਆਤ ਤੋਂ ਤੁਰ ਕੇ ਆਪਣੀ ਮਿਹਨਤ ਨਾਲ ਆਪਣੀ ਇਮਾਨਦਾਰੀ ਨਾਲ ਔਰ ਪਾਰਟੀ ਦੀ ਵਫਾਦਾਰੀ ਨਾਲ ਔਰ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਰਹੀ ਹੈ ਕਿ ਇਹਨਾਂ ਨੇ ਮੀਡੀਆ ਦੇ ਵਿਚਕਾਰ ਪਿਛਲੇ ਪੂਰੇ ਪੀਰੀਅਡ ਦੇ ਵਿੱਚ ਪੂਰੀ ਸਕਾਰਾਤਮਕ ਕੈਂਪੇਨ ਦੇ ਅੰਦਰ ਆਪਣਾ ਹਿੱਸਾ ਪਾਇਆ ਪੋਜ਼ਿਟਿਵ ਕੈਂਪੇਨ ਦੇ ਅੰਦਰ ਕਦੀ ਨੈਗੇਟਿਵ ਕਦੀ ਵੀ ਇਹ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਤਤਾਂ ਦੇ ਨਾਲ ਜਵਾਬ ਦਿੱਤਾ ਹੈ ਤਰਕ ਨਾਲ ਜਵਾਬ ਦਿੱਤਾ ਹੈ ਔਰ ਅੱਜ ਦੇ ਤਰੀਕ ਦੇ ਅੰਦਰ ਲੋਕਤਤ ਔਰ ਤਰਕ ਸੁਣਦੇ ਨੇ ਇਸ ਤੋਂ ਇਲਾਵਾ ਲੋਕ ਨਿਹਰੀ ਗੱਲ ਕਹਿੰਦੇ ਨੇ ਕਿ ਇਹ ਸਿਰ ਪੋਲਿਟਿਕਲ ਬੈਸ ਹੈ ਇਸ ਤੋਂ ਇਲਾਵਾ ਕੋਈ ਨਹੀਂ ਜੋ ਤਰਕਾਂ ਦੇ ਅਧਿਆਤ ਸੇ ਗੱਲ ਕਰਦੇ ਆਂ ਤੇ ਅਸੀਂ ਕਾਮਯਾਬ ਹੁੰਨੇ ਆਂ ਔਰ ਮੈਂ ਸਮਝਦਾ ਕਿ ਸਾਹ ਪ੍ਰਮਿੰਦਰ ਫਾਜ਼ ਸਿੰਘ ਪਾਰਟੀ ਲਈ ਬੜੀ ਵੱਡੀ ਐਸੈਟ ਹੈ ਔਰ ਇਸ ਨੂੰ ਪਾਰਟੀ ਜਿੰਨਾ ਸੰਭਾਲ ਸਕੇ ਉਸੀ ਲੋੜ ਹੈ ਬੜੀ ਵੱਡੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਸਾਡੀ ਟਾਪ ਬਾਸ ਜਿਹੜੇ ਸਰ ਸੁਖਬੀਰ ਸਿੰਘ ਬਾਦਲ ਜੀ ਨੇ ਦਿੱਤੀ ਹੈ ਪਰਮਿੰਦਰਪਾਲ ਸਿੰਘ ਜੀ ਨੂੰ ਔਰ ਸਾਬ ਮਨਜੀਤ ਸਿੰਘ ਜੀ ਕੇ ਜੀ ਦੀ ਉਹਦੇ ਅੰਦਰ ਬੜਾ ਵੱਡਾ ਹੱਤ ਹੈ ਮੈਂ ਦੋਨਾਂ ਦਾ ਧੰਨਵਾਦ ਕਰਦਾ ਤੇ ਵਧਾਈ ਦਿਨ ਆਪਣੇ ਭਰਾ ਨੂੰ ਬੜੀ ਵੱਡੀ ਸੇਵਾ ਮਿਲੀ ਹੈ ਮੀਡੀਆ ਇੱਕ ਬੜਾ ਸੈਂਸਿਟਿਵ ਇਸ਼ੂ ਹੈ ਔਰ ਮੀਡੀਆ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਇਹਨਾਂ ਦੀ ਬੜੀ ਵੱਡੀ ਪਕੜ ਹੈ ਇੱਕ ਕੁਆਲੀਫਾਈਡ ਪੜੇ ਲਿਖੇ ਨੌਜਵਾਨ ਨੇ ਚੌੜਵਾਨਰ ਨੇ ਪਾਰਟੀ ਦੇ ਕਹਨ ਤੇ ਲੜੀ ਆਪਣੇ ਇਲਾਕੇ ਤੋਂ ਔਰ ਉਸ ਤੋਂ ਬਾਅਦ ਵੀ ਚੌਣ ਜਲਦੀ ਚੌਣ ਚ ਵੀ ਪਾਰਟੀ ਦਾ ਕੰਮ ਦੇਖਣ ਲਈ ਚੌਣ ਛੱਡ ਕੇ ਔਰ ਅਕਾਲੀ ਜਲਦ ਦੇ ਦਫਤਰ 'ਚ ਬੈਠ ਕੇ ਸੋਸ਼ਲ ਮੀਡੀਆ ਔਰ ਮੀਡੀਆ ਨੂੰ ਡੇ ਬਾਈ ਉਸੇ ਦਿਨ ਇਲੈਕਸ਼ਨਾਂ ਦੇ ਦੌਰਾਨ ਉਹਨੂੰ ਹੈਂਡਲ ਕਰਦੇ ਰਹੇ ਇਹ ਜ਼ਿੰਮੇਵਾਰੀ ਹਰ ਕੋਈ ਬੰਦਾ ਨਹੀਂ ਨਿਭਾ ਸਕਦਾ ਕਿੱਥੇ ਨਾ ਕਿੱਥੇ ਬੰਦਾ ਚੋਣ ਲੜ ਰਿਹਾ ਹੁੰਦਾ ਤੇ ਇੱਕ ਸੈਲਫਿਸ਼ ਜਾ ਹੋ ਜਾਂਦਾ ਕਿ ਮੈਂ ਆਪਣੀ ਚੋਣ ਦੇਖਾਂ ਪਾਰਟੀ ਦਾ ਕੰਮ ਕੋਈ ਹੋਰ ਦੇਖ ਲੇਗਾ ਲੇਕਿਨ ਪਾਰਟੀ ਪ੍ਰਤੀ ਇਹਨਾਂ ਦੀ ਵਫਾਦਾਰੀ ਜੋ ਚੋਣ ਜਲਦ 'ਚ ਮੈਂ ਦੇਖੀ ਉਸ ਨੂੰ ਸ਼ਾਇਦ ਪਾਰਟੀ ਦੇ ਸਾਡੇ ਸੁਖਬੀਰ ਸਿੰਘ ਬਾਦਲ ਜੀ ਸ਼ਰਮਣੀ ਪ੍ਰਧਾਨ ਸਾਹਿਬ ਨੇ ਵੀ ਦੇਖੀ ਜੀਕੇ ਸਾਹਿਬ ਨੇ ਵੀ ਇਸ ਗੱਲ ਦੀ ਜਿਹੜੀ ਹੈ ਪੂਰੀ ਉਹਨਾਂ ਦੀ ਆ ਇਸ ਗੱਲ ਨੂੰ ਸਾਹਮਣੇ ਰੱਖਿਆ ਔਰ ਉਸ ਤੋਂ ਦੇਖਦੇ ਹੋਏ ਪਾਰਟੀ ਦੇ ਵੱਡੇ ਨੈਸ਼ਨਲ ਲੈਵਲ ਤੇ ਇਹਨਾਂ ਨੂੰ ਸੇਵਾ ਦਿੱਤੀ ਜਾ ਰਹੀ ਹੈ ਜਿਹੜੇ ਸਿੱਖ ਧਰਮ ਦੇ ਔਰ ਜਿਹੜੇ ਸਾਡੇ ਪੋਲਿਟੀਕਲ ਮੁੱਦੇ ਔਰ ਜੋ ਇਸ਼ੂਜ਼ ਅਕਾਲੀ ਦਲ ਦੇ ਅਜੇ ਤੱਕ ਦਬੇ ਹੋਏ ਸੀ ਮੈਂ ਸਮਝਦਾ ਉਹਨਾਂ ਦੀ ਇਹਨਾਂ ਕੋਲ ਇੱਕ ਬਹੁਤ ਵੱਡੀ ਇੱਕ ਲਿਸਟ ਹੈ ਜਿਹੜੇ ਮੁੱਦੇ ਆਉਣ ਵਾਲੇ ਟਾਈਮ 'ਚ ਅਕਾਲੀ ਦਲ ਚੁੱਕ ਸਕਦਾ ਹੈ ਬਹੁਤ ਵੱਡੀ ਇਹਨਾਂ ਦੀ ਸਰਚ ਕੀਤੀ ਹੋਈ ਐਸੀ ਡਿਗਿੰਗ ਹੈ ਜਿਸ ਨੂੰ ਅੰਦਰੋਂ ਚੁੱਕ ਕੇ ਮੈਟਰ ਨੂੰ ਅੰਦਰੋਂ ਕੱਢਣਾ ਔਰ ਉਹਨੂੰ ਮੀਡੀਆ ਦੇ ਸਾਹਮਣੇ ਲਿਆਣਾ ਪ੍ਰੈਸ ਕਾਨਫਰੰਸ ਆ ਰੇਂਜ ਕਰਨੀ ਆ ਔਰ ਸੋਸ਼ਲ ਮੀਡੀਆ ਤੇ ਬੋਲਣਾ ਔਰ ਸਭ ਤੋਂ ਵੱਡੀ ਗੱਲ ਡਿਬੇਟ ਦੇ ਉੱਪਰ ਚਾਹੇ ਡਿਬੇਟ ਅਸੀਂ ਸਮਝਦੇ ਹੁੰਨੇ ਆ ਕਿ ਇਹ ਡਿਬੇਟ ਸਾਡੇ ਤੇ ਭਾਰੀ ਪੈ ਸਕਦੀ ਹੈ ਲੇਕਿਨ ਉਸ ਉਸ ਡਿਬੇਟ ਤੇ ਜਾ ਕੇ ਵੀ ਉਸ ਡਿਬੇਟ ਨੂੰ ਆਪਣੀ ਤਰਫ ਟਰਨ ਕਰਨਾ ਔਰ ਮੈਰਿਟ ਸੇ ਕਰਨਾ ਆਪਣੇ ਕੁਆਲੀਫਿਕੇਸ਼ਨ ਦੇ ਦਮ ਤੇ ਕਰਨਾ ਆਪਣੀ ਪੜ੍ਹਾਈ ਲਿਖਾਈ ਤੇ ਕਰਨਾ ਮੈਂ ਵਧਾਈ ਦਿੰਦਾ ਇਹਨਾਂ ਨੂੰ ਔਰ ਨਾਲ ਹੀ ਵਧਾਈ ਦਿੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਕੁਆਲੀਫਿਕੇਸ਼ਨ ਪੜ੍ਹ ਲਿਖ ਕੇ ਆਪਣੀ ਪੋਸਟ ਹਾਸਲ ਕੀਤੀ ਹੈ ਉਸ ਤਰ੍ਹਾਂ ਹੋਰ ਸਿੱਖਾਂ ਲਈ ਹੋਰ ਯੂਥ ਲਈ ਵੀ ਐਗਜ਼ਾਮਪਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਪੜ੍ਹੇ ਲਿਖੇ ਯੂਥ ਦੇ ਲਈ ਮੀਡੀਆ ਵਿੱਚ ਵੀ ਤੇ ਹੋਰ ਡਿਪਾਰਟਮੈਂਟਸ ਦੇ ਅੰਦਰ ਜਿਹੜਾ ਆਨਰਰੀ ਪੋਸਟਾਂ ਨੇ ਉਹ ਅੱਜ ਵੀ ਪਈਆਂ ਔਰ ਅੱਜ ਵੀ ਉਹਨਾਂ ਦੇ ਲਈ ਲੜ ਕੇ ਅੱਗੇ ਆ ਕੇ ਕੌਮ ਦੇ ਲਈ ਮਸਲੇ ਚੁੱਕ ਸਕਦੇ ਨੇ ਜਿਸ ਤਰ੍ਹਾਂ ਪਰਮਿੰਦਰਪਾਲ ਸਿੰਘ ਜੀ ਨੇ ਦਿੱਲੀ ਸਟੇਟ ਦੇ ਮੁੱਦੇ ਚੁੱਕੇ ਨੇ ਮੈਂ ਸਮਝਦਾ ਇਸ ਤੋਂ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੇ ਲਈ ਪੂਰੀ ਆਲ ਓਵਰ ਇੰਡੀਆ ਵਰਲਡਵਾਈਡ ਆਫਿਸ ਦੇ ਲਈ ਕੰਮ ਜ਼ਰੂਰ ਕਰਨਗੇ ਮੈਂ ਇਹਨਾਂ ਨੂੰ ਦੁਬਾਰਾ ਇੱਕ ਵਾਰ ਵਧਾਈ ਦੇਣਾ ਪਰਮਿੰਦਰ ਜੀ ਜੀ ਸ੍ਰੀ ਗੁਰੂ ਮਨੀ ਬਦਲ ਤੇ ਮਿਲਣਾ ਸੇਵਾ ਮੈਨੀ ਕਿਸ ਤਰੀਕੇ ਨਾਲ ਆ ਜਾਏਗਾ ਦੇਖੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਦਿੱਤੀ ਹੈ ਔਰ ਪੂਰੀ ਕੋਸ਼ਿਸ਼ ਕਰਾਂਗਾ ਕਿ ਪੂਰੀ ਤਾਨਦੇਹੀ ਦੇ ਨਾਲ ਜਿਸ ਤਰੀਕੇ ਨਾਲ ਪਹਿਲੇ ਪਾਰਟੀ ਦੇ ਪ੍ਰਚਾਰ ਨੂੰ ਜੋ ਅੱਗੇ ਵਧਾਇਆ ਔਰ ਜੋ ਗੁਰਦੁਆਰਾ ਕਮੇਟੀ ਵੱਲੋਂ ਕੀਤੇ ਕਾਰਜ ਨੂੰ ਅੱਗੇ ਕੀਤਾ ਉਸੇ ਤਰੀਕੇ ਦੇ ਨਾਲ ਇੱਕ ਠੋਸ ਏਜੰਡੇ ਦੇ ਤਹਿਤ ਅਸੀਂ ਪ੍ਰਚਾਰ ਕਰਾਂਗੇ ਲੋਕਾਂ ਤੱਕ ਆਪਣੀ ਗੱਲ ਨੂੰ ਲੈ ਕੇ ਜਾਵਾਂਗੇ ਕਿ ਅਸੀਂ ਪੰਥ ਵਾਸਤੇ ਕੌਮ ਵਾਸਤੇ ਔਰ ਦੇਸ਼ ਵਾਸਤੇ ਕੀ ਕਰ ਰਹੇ ਹਾਂ ਤੇਸ ਕਰਕੇ ਕੂਮੀ ਪਦਰਤੀਆਂ ਜ਼ਿੰਮੇਵਾਰੀ ਮਿਲਣਾ ਲੈ ਇੱਕ ਪੰਜਾਬ ਦੇ ਬਾਰੇ ਕਿਉਂਕਿ ਪੰਜਾਬ ਸਾਡੀ ਪਾਰਟੀ ਦਾ ਇੱਕ ਮੁੱਢ ਹੈ ਅਕਾਲੀ ਦਲ ਦਾ ਔਰ ਪੰਜਾਬ ਦੇ ਬਾਰੇ ਵੀ ਹੁਣ ਗੱਲ ਕਰਨ ਦਾ ਇੱਕ ਵੱਡਾ ਮੌਕਾ ਮਿਲੇਗਾ ਇਸ ਕਰਕੇ ਇਹਨਾਂ ਮੁੱਦਿਆਂ ਦੇ ਉੱਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਜਦੋਂ ਟੀਵੀ ਚੈਨਲਾਂ ਦੇ ਡਿਬੇਟ ਤੇ ਜਾਈਏ ਜਾਂ ਸਪੋਕਸਪਰਸਨ ਤੌਰ ਤੇ ਬਿਆਨਬਾਜ਼ੀ ਕਰੀਏ ਬਜਾਏ ਉਸ ਨੂੰ ਨੈਗੇਟਿਵ ਜਾਣਦੇ ਸੀ ਪੋਜ਼ਿਟਿਵ ਏਜੰਡੇ ਤੇ ਰਹੀਏ ਔਰ ਜੋ ਪਾਰਟੀ ਦਾ ਵੱਤ ਤਵਜਨਾ ਪਲਾ ਹੋ ਸਕਦਾ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ